जी ज़्यादातर फार्मर की करते पढ़िया लिखिया 90 दिन की होगी जी पा दो चार जी जिदा ऐतकी मौसम रहा ऐतकी असं चार पाना शुरू किया 120 दिन की फसल तो इस फिल्म की देखोगे भी फिल्म देखोगे नहीं तो देखो कितनी ज्यादा फिल्म हुई हुई है ये गल तेरी पक्की है। क्वालिटी भी ये ही बननी है जे फिल्म भी घट हुई होगी फिर भी क्वालिटी नहीं बनूगी ਇਹਦਾ ਤੁਸੀਂ ਰੰਗ ਦੇਖੋਗੇ ਜਿੰਨੇ ਵੀ ਭਰਾ ਅਚਾਰ ਪਸ਼ੂਆਂ ਨੂੰ ਪਾਉਣ ਦੇ ਸ਼ੌਕੀਨ ਆ ਤਾਂ ਉਹਨਾਂ ਲਈ ਜਾਣਕਾਰੀ ਆ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਹੈ ਡੰਗਰ ਡਾਕਟਰ ਵੀ ਹੈ ਪਸ਼ੂ ਪਾਲਕ ਵੀ ਹੈ ਕਿਸਾਨ ਵੀ ਹੈ ਅਤੇ ਇਹ ਅਚਾਰ ਪਾਉਂਦੇ ਆ ਆਪਾਂ ਕਹਿ ਸਕਦੇ ਹਾਂ ਵੀ ਦੁਕਾਨਦਾਰ ਵੀ ਆ ਸੱਜਣ ਪਰ ਗੱਲ ਇਉਂ ਆ ਮੈਂ ਤੁਹਾਨੂੰ ਇੱਕ ਗੱਲ ਡਾਕਟਰ ਸਾਹਿਬ ਬਾਰੇ ਦੱਸ ਦਿੰਦਾ ਵੀ ਇਹ ਮੇਰੇ ਮਿੱਤਰ ਵੀ ਆ ਮੈਂ ਇਹਨਾਂ ਬਾਰੇ ਜਿੰਨਾ ਕੁ ਜਾਣਦਾ ਮੈਂ ਤੁਹਾਨੂੰ ਉਹ ਜਾਣਕਾਰੀ ਦੇ ਦਿੰਦਾ ਬਈ ਇਹਨਾਂ ਨੇ ਐਂ ਨਹੀਂ ਗਾ ਵੀ ਮਸ਼ੀਨ ਜੀ ਲਿਆਂਦੀ ਅਤੇ ਮੱਕੀ ਜੀ ਵੱਢੀ ਅਤੇ ਅੰਨੇ ਦਿੱਥੇ ਬਲੇਟੇ ਜੇ ਮਾਰ ਕੇ ਅਤੇ ਗੰਢਾਂ ਹੀ ਬਣਾਤੀਆਂ ਅਤੇ ਸਿੜਤੀਆਂ ਉਹ ਕੇਸ ਨਹੀਂ ਗਾ ਇਹਨਾਂ ਨੂੰ ਟੈਕਨੀਕਲੀ ਇਹਦੇ ਬਾਰੇ ਜਾਣਕਾਰੀ ਆ ਅਚਾਰ ਬਾਰੇ ਮੈਂ ਤੁਹਾਨੂੰ ਇਹ ਸੁਨੇਹਾ ਤਾਂ ਦੇਣ ਲੱਗਿਆ ਵੀ ਚਾਰ ਤੁਸੀਂ ਇੱਥੋਂ ਖਰੀਦਿਓ ਪਰ ਜੇ ਤੁਸੀਂ ਇੱਥੋਂ ਨਹੀਂ ਵੀ ਖਰੀਦਣਾ ਨਾ ਤਾਂ ਜਾਣਕਾਰੀ ਵਾਲੀਆਂ ਗੱਲਾਂ ਕੰਨ 'ਚ ਫਿਰ ਵੀ ਪਾ ਲਿਓ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਡਾਕਟਰ ਸਾਹਿਬ ਮੈਨੂੰ ਨਾ ਅਚਾਰ ਵੇਚਣਾ ਅਚਾਰ ਬਹੁਤ ਪਿਆ ਇਹ ਤਾਂ ਮੈਂ ਕਹਿਤਾ ਹਾਂਜੀ ਗੱਲ ਮੁੱਕ ਗਈ ਠੀਕ ਹੈ ਜੀ ਰੇਟ ਤੁਸੀਂ ਕਰ ਲੈਣਾ ਮੈਨੂੰ ਚਾਰ ਬਾਰੇ ਜਾਣਕਾਰੀ ਦਿਓ ਬਈ ਅਸਲ ਦੇ ਵਿੱਚ ਟੈਕਨੀਕਲੀ ਜੀ ਅਚਾਰ ਦੇ ਵਿੱਚ ਕੀ ਚੀਜ਼ ਆ ਕਿਵੇਂ ਪੈਣਾ ਚਾਹੀਦਾ ਕਿੰਨਾ ਇਹਦਾ ਕੰਪਰੈਸ਼ਨ ਹੋਣਾ ਚਾਹੀਦਾ ਕੀ ਇਹਦੀ ਸਟੇਜ ਹੋਣੀ ਚਾਹੀਦੀ ਆ ਗਿੱਲਾ ਪਾਏ ਚੰਗਾ ਸੋਕਾ ਪਾਇਆ ਚੰਗਾ ਕੀ ਇਹਦੇ ਵਿੱਚ ਕੀ ਜਾਣਕਾਰੀ ਮੈਨੂੰ ਪਲੀਜ਼ ਜ਼ਰੂਰ ਦਿਓ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਫਸਲ ਦਾ ਪਤਾ ਹੋਣਾ ਚਾਹੀਦਾ ਵੀ ਕਿਹੜੀ ਸਟੇਜ 'ਤੇ ਅਚਾਰ ਪਾਉਣਾ ਜੀ ਜ਼ਿਆਦਾਤਰ ਫਾਰਮਰ ਕੀ ਕਰਦੇ ਆ ਪੜ੍ਹਿਆ ਲਿਖਿਆ 90 ਦਿਨ ਦੀ ਹੋ ਗਈ ਜੀ ਪਾ ਦਿਓ ਅਚਾਰ ਜੀ ਜਿੱਦਾਂ ਐਤਕੀ ਮੌਸਮ ਰਿਹਾ ਐਤਕੀ ਅਸੀਂ ਅਚਾਰ ਪਾਉਣਾ ਸ਼ੁਰੂ ਕੀਤਾ 120 ਦਿਨ ਦੀ ਫਸਲ ਤੋਂ ਅੱਛਾ ਜੀ 20 ਇੱਕ ਮਹੀਨਾ ਵੱਧ ਗਿਆ ਹਾਂਜੀ ਹਾਲਾਂਕਿ 120 ਦਿਨ ਦੀ ਫਸਲ ਪੱਕ ਜਾਂਦੀ ਹੈ ਪੱਕ ਜਾਂਦੀ ਆ ਅਤੇ ਐਤਕੀ ਮੌਸਮ ਠੰਡਾ ਰਿਹਾ ਜੀ ਮੱਕੀ ਨੂੰ ਬਣਨ ਲਈ ਦਾਣੇ ਨੂੰ ਬਣਨ ਲਈ ਧੁੱਪ ਦੇ ਯੂਨਿਟ ਹੋਣੇ ਬਹੁਤ ਜ਼ਰੂਰੀ ਆ ਜੀ ਕਿੰਨੇ ਯੂਨਿਟ ਧੁੱਪ ਦੇ ਲੈ ਕੇ ਮੱਕੀ ਨੇ ਬਣਨਾ ਉਹਦੇ ਲਈ ਦਾਣੇ ਦੀ ਸਟੇਜ ਹੋਣੀ ਚਾਹੀਦੀ ਆ ਜੀ ਫਾਰਮਰ ਕੀ ਕਰਦਾ ਦਾਣਾ ਬਣ ਗਿਆ ਦੁੱਧ ਹੁੰਦਾ ਦਾਣੇ 'ਚ ਪਾਇਆ ਪੈਕ ਕੀਤਾ ਅਤੇ ਪਾਤਾ ਉਹਦੇ ਨਾਲ ਕੀ ਹੁੰਦਾ ਵਾ ਡੰਗਰ ਨੂੰ ਜਿਹੜੀ ਆਪਾਂ ਡੰਗਰ ਨੂੰ ਸਾਈਲੀ ਕਿਉਂ ਪਾਉਂਦੇ ਹਾਂ ਜੀ ਆਪਾਂ ਆਪਦੇ ਫਾਰਮ ਦੀ ਕੋਸਟ ਆਫ ਪ੍ਰੋਡਕਸ਼ਨ ਘਟਾਉਣ ਦੇ ਲਈ ਜੀ 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 ਖਰਚਾ ਘਟਾਉਣ ਲਈ ਪ੍ਰੋਫਿਟ ਵਧਾਉਣ ਦੇ ਲਈ ਜੀ ਜੇ ਆਪਾਂ ਦੁੱਧੇ ਵਾਲਾ ਪਾਤਾ ਆਪਣੇ ਫੀਡ ਨਹੀਂ ਕੱਢਣੀ ਡੰਗਰ ਦੀ ਜੀ ਉਹਨੂੰ ਅਨਾਜ ਨਹੀਂ ਮਿਲਣਾ ਜੀ ਜੀ ਪ੍ਰੋਪਰ ਸਟਾਰਚ ਨਹੀਂ ਮਿਲਣਾ ਜੀ ਡਰਾਈ ਮੈਟਰ ਨਹੀਂ ਮਿਲਣਾ ਜੀ ਉਹਨੂੰ ਸਹੀ ਸਟੇਜ 'ਤੇ ਪਾਉਣ ਲਈ ਆਪਾਂ ਨੂੰ ਚੈੱਕ ਕਰਨਾ ਪਊਗਾ ਵੀ ਇਹ ਸਟੇਜ ਸਹੀ ਆ ਅਤੇ ਡਾਕਟਰ ਸਾਹਿਬ ਆਮ ਬੰਦਾ ਹੁਣ ਤੇਰੀਆਂ ਜੂੰਟਾਂ ਕਿਵੇਂ ਚੈੱਕ ਕਰੇ ਵੀ ਇਹ ਇੰਨੀਆਂ ਜੂੰਟਾਂ ਖਾ ਗਿਆ ਉਹਦਾ ਕਿਵੇਂ ਪਤਾ ਉਹਦਾ ਦੇਸੀ ਤਰੀਕਾ ਜੀ ਜਾਂ ਤਾਂ ਜੇ ਬੰਦੇ ਨੂੰ ਨਹੀਂ ਪਤਾ ਜ਼ਿਆਦਾ ਛੱਲੀ ਦੇ ਉੱਤੇ ਪੜਦਾ ਲਾਓ ਜੀ ਪੜਦੇ ਉੱਤੇ ਦਾਣੇ ਦੇ ਉੱਤੇ ਡੈਂਟ ਪੈ ਜਾਂਦਾ ਜਿਵੇਂ ਆਪਣੇ ਵਾਢੇ ਪਏ ਹੁੰਦੇ ਆ ਉਂਗਲਾਂ 'ਚ ਓਕੇ ਜਾਂ ਫਿਰ ਉਹਨੂੰ ਛੱਲੀ ਨੂੰ ਤੋੜੋ ਜਿਹੜਾ ਉਹਦਾ ਪੀਲਾ ਭਾਗ ਆ ਜਦੋਂ ਅੱਧ 'ਚ ਆ ਜਾਂਦਾ ਉਦੋਂ ਪਾਓ ਉਹਨੂੰ ਨੌ ਮਾਰ ਕੇ ਦੇਖੋ ਉਹ 'ਚ ਦੁੱਧ ਨਾ ਨਿਕਲੇ ਦਾਣਾ ਹਾਰਡ ਹੋਇਆ ਹੋਵੇ ਠੀਕ ਆ ਅਤੇ ਨੰਬਰ 2 'ਤੇ ਇਹਨੂੰ ਆ ਕੰਪਰੈਸ਼ਨ ਕਿੰਨਾ ਕੁ ਜ਼ਰੂਰੀ ਆ ਮੈਂ ਇੱਕ ਮਤਲਬ ਗੱਲ ਕਹਿਣੀ ਚਾਹੁੰਦਾ ਵੀ ਇਹਦੇ ਇਹ ਕਿੰਨਾ ਕੁ ਟੈਟ ਗੰਢ ਦਾ ਟੈਟ ਦਾ ਕੀ ਮਤਲਬ ਹੈਗਾ ਕੋਈ ਪ੍ਰਭਾਵ ਹਾਂਜੀ ਜਿੰਨੀ ਗੱਠ ਟਾਈਟ ਹੋਊਗੀ ਇਹਦੇ ਵਿੱਚ ਹਵਾ ਬਾਹਰ ਨਿਕਲ ਜੂਗੀ ਹਵਾ ਨਹੀਂ ਰਹੂਗੀ ਇਹਦੇ ਵਿੱਚ ਕੰਪਰੈਸ ਹੋਊਗਾ ਕੰਪਰੈਸ ਹੋ ਜੂਗੀ ਆਕਸੀਜਨ ਬਾਹਰ ਨਿਕਲਣੀ ਚਾਹੀਦੀ ਹੈ ਸਾਰੀ ਬਾਹਰ ਨਿਕਲ ਜੂਗੀ ਅਤੇ ਅੰਦਰ ਬਣਨੀ ਨਹੀਂ ਚਾਹੀਦੀ ਅੰਦਰ ਬਣਨੀ ਨਹੀਂ ਚਾਹੀਦੀ ਜੀ ਉਹਦੇ ਲਈ ਮਤਲਬ ਜਿੰਨੀ ਕੰਪੈਕਸ਼ਨ ਹੋਵੇ ਓਨਾ ਹੀ ਵਧੀਆ ਕੰਪੈਕਸ਼ਨ ਜਿੰਨੀ ਹੋਊਗੀ ਆਪਾਂ ਨੱਪ ਕੇ ਦੇਖਦੇ ਹਾਂ ਬੇਲ ਬਿਲਕੁਲ ਹੱਥ ਨਹੀਂ ਬਚਕਾ ਉਹਦਾ ਇਹਦੀ ਸਾਈਲੇ ਦੀ ਕੁਆਲਿਟੀ ਬਹੁਤ ਵਧੀਆ ਹੋਊਗੀ ਨੰਬਰ 2 'ਤੇ ਜਿਹੜਾ ਆਪਾਂ ਕਾਗਜ਼ਾ ਨਰਮ ਲਾ ਦਿੰਦੇ ਹਾਂ ਚੰਗਾ ਲਾ ਦਿੰਦੇ ਹਾਂ ਮਾੜਾ ਲਾ ਦਿੰਦੇ ਹਾਂ ਮਾੜੇ ਚੰਗੇ ਕਾਗਜ਼ ਦੀ ਸਿਰਫ ਉਮਰ ਦਾ ਹੀ ਫਰਕ ਹੈ ਜਾਂ ਡਾਕਟਰ ਸਾਹਿਬ ਇਹਦੇ ਵਿੱਚ ਪਏ ਚਾਰ 'ਤੇ ਵੀ ਕੋਈ ਪ੍ਰਭਾਵ ਆ ਅਚਾਰ 'ਤੇ ਵੀ ਫਰਕ ਪੈਂਦਾ ਕੀ ਪ੍ਰਭਾਵ ਆ ਇਹਦੇ ਜਿਹੜਾ ਹੁਣ ਆਪਾਂ ਇੰਪੋਰਟਡ ਵਰਤਦੇ ਹਾਂ ਜੀ ਵਧੀਆ ਕੰਪਨੀ ਬੋਸਟਨ ਦੀ ਵਰਤਦੇ ਹਾਂ ਜੀ ਅਤੇ ਇਹ ਫਿਲਮ ਆ ਜਿਹੜੀ ਇਹ ਪ੍ਰੋਪਰ UV ਆ ਇਹਦੇ ਆਪਾਂ ਨੂੰ ਪਤਾ ਹੈ 90% UV ਆ UV ਦਾ ਕੀ ਕੰਮ ਹੁੰਦਾ ਜਿਹੜਾ ਧੁੱਪ ਦੀਆਂ ਕਿਰਨਾਂ ਉਹ ਅੰਦਰ ਨਹੀਂ ਜਾਣਗੀਆਂ ਇਹਦੇ ਅੱਛਾ ਇਹਨੂੰ ਤੱਤਾ ਨਹੀਂ ਹੋਣ ਦਊਗਾ ਵਿੱਚੋਂ ਬਿਲਕੁਲ ਨਹੀਂ ਗਰਮ ਹੋਊਗਾ ਇਹ ਜਦੋਂ ਤੁਸੀਂ ਇੱਥੇ ਧੁੱਪੇ ਪਿਆ ਵੀ ਖੋਲੋਗੇ ਤਾਂ ਠੰਡਾ ਨਿਕਲੂਗਾ ਇਹ ਵਿੱਚੋਂ ਜਦੋਂ ਬਣ ਕੇ ਤਿਆਰ ਹੋ ਜਾਂਦਾ ਫਿਰ ਇਹਦੀ ਕੁਆਲਿਟੀ 'ਤੇ ਬਹੁਤ ਫਰਕ ਪੈਂਦਾ ਜੀ ਲਾਈਫ 'ਤੇ ਬਹੁਤ ਫਰਕ ਪੈਂਦਾ ਅਤੇ ਜੇ ਮਾੜੀ ਫਿਲਮ 4 ਮਹੀਨਿਆਂ ਦੇ ਵਿੱਚ ਉੱਪਰੋਂ ਮੜਕ ਜਾਂਦੀ ਆ
ਖਰਾਬ ਹੋ ਜਾਂਦੀ ਆ, ਉਹਦੇ ਵਿੱਚ ਅਚਾਰ ਦੀ ਕੁਆਲਿਟੀ ਬਣਦੀ ਹੋਈ ਨਹੀਂ। ਮਤਲਬ ਆਪਾਂ ਦੋ ਚੀਜ਼ਾਂ ਤੋਂ ਇਹਨੂੰ ਬਚਾਉਣਾ ਹੁੰਦਾ, ਇੱਕ ਤਾਂ ਸੂਰਜ ਦੀਆਂ ਕਿਰਿਆ ਨਾਲ, ਸੂਰਜ ਦੀ ਰੋਸ਼ਨੀ ਨਾਲ ਇਹ 'ਤੇ ਪ੍ਰਤੀਕਿਰਿਆ ਹੋਣੀ ਆ ਅੰਦਰ, ਇਹਦੇ ਜਿਹੜੇ ਤੱਤ ਆ ਉਹਨਾਂ 'ਤੇ ਪ੍ਰਭਾਵ ਪੈਣਾ। ਦੂਸਰਾ ਆਕਸੀਜਨ ਨਾਲ ਪੈਣਾ, ਆਕਸੀਜਨ ਉਹ ਦੋਨੇ ਚੀਜ਼ਾਂ ਨੂੰ ਇਹ ਫਿਲਮ ਬਚਾਉਂਦੀ ਆ ਅਤੇ ਇੱਕ ਕੰਪਰੈਸ਼ਨ ਬਚਾਉਂਦਾ। ਬਿਲਕੁਲ ਜੀ, ਹੈ ਨਾ। ਹਾਂਜੀ, ਵੀ ਮਤਲਬ ਅਤੇ ਤੀਜੀ ਚੀਜ਼ ਆ ਗਈ ਇਹਦੇ ਖੁਰਾਕੀ ਤੱਤ ਆ ਜਿਹੜੇ ਉਹ ਇਹਦੀ ਸਟੇਜ ਬਚਾਉਂਦੀ, ਉਹ ਸਟੇਜ ਬਚਾਉਂਦੀ ਆ। ਮਤਲਬ ਤਿੰਨ ਚੀਜ਼ਾਂ ਦਾ ਮੇਨ ਧਿਆਨ ਰੱਖਣਾ ਪੈਂਦਾ, ਕੋਈ ਚੌਥੀ ਵੀ ਹੈ। ਹਾਂ, ਜਦੋਂ ਆਪਾਂ ਇਹਨੂੰ ਵੱਢਦੇ ਹਾਂ ਜੀ, ਥੱਲਿਓਂ ਘੱਟ ਤੋਂ ਘੱਟ 8 ਇੰਚ ਛੱਡ ਕੇ ਵੱਢਣਾ ਹੁੰਦਾ ਮੱਕੀ ਨੂੰ। ਫਾਰਮਰ ਕੀ ਕਰਦਾ, ਜੜ੍ਹ ਤੋਂ ਵੱਢ ਦਿੰਦਾ ਰਗੜ ਕੇ ਜੀ। ਜਿੰਨੀ ਉਹਦੇ ਵਿੱਚ ਨਾਈਟ੍ਰੇਟ ਹੁੰਦੀ ਆ, ਜ਼ਹਿਰਾਂ ਹੁੰਦੀਆਂ, ਸਪਰੇਆਂ ਦਾ ਅਸਰ ਹੁੰਦਾ, ਹਾਲਾਂਕਿ ਫੰਗਸ ਵੀ ਹੁੰਦੀ ਆ ਥੱਲੇ ਜੀ। ਇੱਕ ਸਿਲਕਾ, ਸਿਲਕੇ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਥੱਲੇ ਟਾਂਡੇ ਦੇ ਵਿੱਚ, ਉਹ ਹਾਜ਼ਮ ਨਹੀਂ ਹੁੰਦਾ ਉਹ। ਅੱਛਾ, ਉਹਨੂੰ ਤਾਂ ਕਰਕੇ ਥੱਲਿਓਂ ਚੱਕ ਕੇ ਵੱਢਦੇ ਹਾਂ, ਉਹਨੂੰ 10 ਇੰਚ ਉੱਚਾ ਵੱਢਦੇ ਹਾਂ। ਇਹ ਤਾਂ ਹੀ ਫਿਰ ਡਾਕਟਰ ਸਾਹਿਬ ਜਦੋਂ ਆਪਾਂ ਮੱਕੀ ਕੁਤਰ ਕੇ ਪਾਉਂਦੇ ਹਾਂ ਅਤੇ ਪਸ਼ੂ ਥੱਲੇ ਵਾਲੇ ਡੰਡਲ ਆਪ ਛੱਡ ਦਿੰਦਾ, ਛੱਡ ਦਿੰਦਾ, ਦੇਖਿਆ ਹੋਊਗਾ ਤੁਸੀਂ ਖੇਤਾਂ ਦੇ ਵਿੱਚ, ਉਹ ਖਾਂਦਾ ਨਹੀਂ, ਉਹ ਚੀੜਾ ਹੁੰਦਾ, ਹਾਰਡ ਹੁੰਦਾ ਬਹੁਤ ਜ਼ਿਆਦਾ, ਉਹ ਆਪਾਂ ਖੁਰਨੀ ਦੇ ਵਿੱਚੋਂ ਝੁਗਣੇ ਪੈਂਦੇ ਆ, ਉਹ ਇਸੇ ਕਰਕੇ ਝੁਗਣੇ ਪੈਂਦੇ ਆ। ਓਕੇ, ਅਤੇ ਡਾਕਟਰ ਸਾਹਿਬ ਆਪਣੇ ਕੋਲ ਬੰਦਾ ਬੁੱਕ ਕਰਾਵੇ, ਜੇ 4 ਬੰਦਾ ਲੈਂਦਾ ਜੀ, ਪਹੁੰਚ ਕਰੋਗੇ, ਲੈ ਕੇ ਜਾਵੇ, ਕਿਵੇਂ ਕਰਾਂਗੇ ਆਪਾਂ ਗੱਲਬਾਤ? ਨਹੀਂ, ਆਪਾਂ ਇੱਥੋਂ ਦਾ ਰੇਟ ਆ ਜਿਹੜਾ ਆਪਣਾ ਅਲੱਗ ਆ ਜੀ, ਪਹੁੰਚਦਾ ਆਪਾਂ ਥੋੜ੍ਹਾ ਡੀਜ਼ਲ ਖਰਚਾ ਲੈ ਲੈਂਦੇ ਹਾਂ। ਮਤਲਬ ਕਰ ਦੋਨੇ ਕੁਛ ਹੀ ਦਿੰਦੇ? ਹਾਂ, ਦੋਨੇ ਕੁਛ ਹੀ, ਪਹੁੰਚ ਵੀ ਕਰ ਦਿੰਦੇ ਹਾਂ, ਪਹੁੰਚ ਵੀ ਕਰ ਦਿੰਦੇ ਹਾਂ। ਠੀਕ ਆ ਜੀ, ਬਾਕੀ ਸਾਰੇ ਪੰਜਾਬ 'ਚ ਹੀ ਦੇ ਰਹੇ ਹਾਂ ਆਪਾਂ, ਪੰਜਾਬ, ਹਰਿਆਣਾ, ਰਾਜਸਥਾਨ ਜੀ, J&K, ਪਹਿਲਾਂ ਤਾਂ ਨੇਪਾਲ ਵੀ ਡਿਲੀਵਰ ਕਰਦੇ ਸੀ, ਹੁਣ 2 ਸਾਲਾਂ ਤੋਂ ਬੰਦ ਕੀਤਾ। ਮਤਲਬ ਇੰਡੀਆ, ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਮੰਗਾਉਣਾ ਚਾਹੇ ਮੰਗਾ ਸਕਦੇ, ਤੁਸੀਂ ਮੰਗਾ ਸਕਦੇ ਹਾਂ। ਹਾਂਜੀ, ਠੀਕ ਹੈ ਡਾਕਟਰ ਸਾਹਿਬ, ਡਾਕਟਰ ਸਾਹਿਬ ਬਹੁਤ ਚੰਗਾ ਲੱਗਿਆ। ਡਾਕਟਰ ਸਾਹਿਬ ਕੋਈ ਹੋਰ ਜਾਣਕਾਰੀ, ਜਿਹੜੀ ਕਈ ਵਾਰੀ ਮੇਰੇ ਸਵਾਲ ਮੁੱਕ ਗਏ, ਹੁਣ ਤੁਹਾਡੇ ਅੰਦਰ ਕੋਈ ਹੋਰ ਵੀ ਪੜਾਸ ਹੋਵੇ ਤਾਂ ਉਹ ਵੀ ਹੁਣ ਦੱਸ ਦਿਓ। ਕਈ ਵਾਰੀ ਜਾਣਕਾਰੀ ਆ, ਗੱਲ ਚੱਲਦੀ ਆ, ਬੰਦੇ ਨੂੰ ਸਮਝ ਆ ਜਾਂਦੀ। ਜ਼ਿਆਦਾਤਰ ਇਹਦੇ ਵਿੱਚ ਇਹੀ ਹੁੰਦਾ ਜੀ, ਵੀ ਜਦੋਂ ਆਪਾਂ ਸਾਈਲੇਜ ਪੈਕ ਕਰਦੇ ਹਾਂ, ਬਹੁਤ ਬੰਦੇ ਪੈਕ ਕਰਦੇ ਆ, ਚਲੋ ਮੈਂ ਕਹਿੰਦਾ ਨਹੀਂ ਗਾ, ਗੱਟੂਆਂ 'ਚ ਪੈਕ ਕਰੀ ਜਾਂਦੇ ਆ, ਉਹ ਕਰੀ ਜਾਂਦੇ ਆ ਜੀ, ਉਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਉਹਦੇ ਵਿੱਚ ਬਹੁਤ ਜ਼ਿਆਦਾ ਟੌਕਸਨ ਹੁੰਦੇ ਆ। ਜਾਂ ਫਾਰਮਰ ਅੱਜ ਕੱਲ੍ਹ ਕੀ ਕਰਦਾ, 4 ਟੋਏ 'ਚ ਪਾ ਲਿਆ, ਉਦੋਂ ਬਾਅਦ ਗੱਟੂਆਂ 'ਚ ਪਾਇਆ, ਵੇਚਤਾ। ਉਹ ਦੇਖੋ, ਉਹ ਡੰਗਰਾਂ ਨਾਲ ਮਤਲਬ ਜ਼ਹਿਰ ਖਵਾਉਣਾ, ਉਹ ਕੰਮ ਨਾ ਕਰੋ। ਮਤਲਬ ਜਦੋਂ ਆਪਾਂ ਪੱਟ ਲਿਆ, ਉਹਨੂੰ ਆਕਸੀਜਨ ਲੱਗ ਗਈ, ਹਵਾ ਲੱਗ ਗਈ, ਤਾਂ ਉਦੋਂ ਬਾਅਦ ਭਾਵੇਂ ਬੇਸ਼ੱਕ ਤੁਸੀਂ ਪੈਕ ਕਰਤਾ, ਉਹਦੀ ਆਕਸੀਜਨ ਨਾਲ ਉਹਦੀ ਪ੍ਰਤੀਕਿਰਿਆ ਹੋਣੀ ਸ਼ੁਰੂ ਹੋ ਗਈ, ਉਹਦੀ ਲਾਈਫ ਘੱਟ ਗਈ, ਉਹਦੀ ਲਾਈਫ ਖਤਮ ਹੋਣ, ਉਹ 'ਚ ਟੌਕਸਨ ਬਣਨ ਲੱਗ ਜਾਂਦੇ ਆ, ਉੱਲੀ ਬਣਨ ਲੱਗ ਜਾਂਦੀ ਹੈ, ਜ਼ਹਿਰ ਦੀ ਮਾਤਰਾ ਬਣਨ ਲੱਗ ਜਾਂਦੀ। ਠੀਕ ਆ ਜੀ, ਠੀਕ ਆ। ਮਤਲਬ ਕਹਿਣ ਤੋਂ ਭਾਵ ਵੀ ਉਹ ਚੀਜ਼ ਬਚ ਗਏ, ਉਹ ਚੀਜ਼ ਤੋਂ ਸਾਨੂੰ ਬਚਣ ਦੀ ਲੋੜ ਆ। ਅਸੀਂ ਹਰ ਸਾਲ ਆਪਦੀ ਕੁਆਲਿਟੀ ਮੇਨਟੇਨ ਕਰਦੇ ਹਾਂ। ਅਤੇ ਡਾਕਟਰ ਸਾਹਿਬ, ਉਹ ਉੱਥੇ ਕੰਡਾ ਲਾਇਆ ਭਾਵੇਂ 12 'ਚ ਤੁਹਾਡਾ? ਉਹ ਕੰਡਾ ਲਾਇਆ ਹੋਇਆ ਜੀ, ਗੱਡੀ ਕੋਈ ਵੀ ਆਉਂਦੀ ਆ, ਉਹਦਾ ਖਾਲੀ ਦਾ ਵਜ਼ਨ ਹੁੰਦਾ, ਫਿਰ ਇੱਥੋਂ ਭਰ ਕੇ ਗੱਡੀ ਜਾਊਗੀ ਅਤੇ ਉਹਦਾ ਵਜ਼ਨ ਹੋਊਗਾ ਜੀ, ਅਤੇ ਫਿਰ ਉਹ ਵਜ਼ਨ ਦੇ ਅਕੋਰਡਿੰਗ ਅਸੀਂ, ਇੱਦਾਂ ਨਹੀਂ ਗਾ ਵੀ ਕੁਇੰਟਲ ਦੀ ਗਾਠਾ ਤਾਂ ਲੈ ਜਾਓ, ਵੀ ਕੁਇੰਟਲ ਦੀ ਆ, ਚਾਹੇ 90 ਕਿਲੋ ਦੀ ਆ, ਚਾਹੇ 1 ਕੁਇੰਟਲ 10 ਕਿਲੋ ਦੀ ਆ, ਅਸੀਂ ਵਜ਼ਨ ਦੇ ਹਿਸਾਬ ਨਾਲ ਦਿੰਦੇ। ਉਹਦੀਆਂ ਗੱਲਾਂ ਦੇ ਵਿੱਚ ਦਮ ਹੈ ਕਿ ਉਹਦੇ ਕੰਮ ਦੇ ਵਿੱਚ ਉਹਨਾਂ ਦਮ ਹੈਗਾ, ਇਹ ਵੀ ਚੈੱਕ ਕਰਨਾ ਚਾਹੀਦਾ। ਲਿਆ ਵੀ ਕਰਦੇ ਹਾਂ, ਸਾਨੂੰ ਇੱਕ ਗੱਠਾ ਜਿਹੜੀ ਉਹ ਪਾੜ ਕੇ ਵੇਖ ਲੈਣੀ ਚਾਹੀਦੀ ਆ। ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਵੀ ਤੁਹਾਡੀ ਇੱਕ ਗੱਠਾ ਜੀ ਖਰਾਬ ਕਰ ਰਹੇ ਹਾਂ। ਨਹੀਂ ਨਹੀਂ, ਕੋਈ ਚੱਕਰ ਨਹੀਂ ਅਜੇ ਤਾਂ, ਕੋਈ ਫਾਰਮਰ ਆਉਂਦਾ ਉਹਨੂੰ ਵੀ ਦਿਖਾਉਂਦੇ ਹਾਂ ਜੀ। ਤਾਂ ਗੱਠਾ ਜਿਹੜੀ ਉਹ ਤੁਸੀਂ ਇਹਦੇ 'ਚ ਫਿਲਮ ਦੀ ਦੇਖੋਗੇ, ਵੀ ਫਿਲਮ ਦੇਖੋਗੇ, ਨਹੀਂ ਤਾਂ ਦੇਖੋ ਕਿੰਨੀ ਜ਼ਿਆਦਾ ਫਿਲਮ ਹੋਈ ਹੋਈ ਆ। ਇਹ ਗੱਲ ਤੇਰੀ ਪੱਕੀ ਆ, ਇਹ ਕੁਆਲਿਟੀ ਵੀ ਇਹਦੇ ਨਾਲ ਹੀ ਬਣਨੀ ਆ, ਜੇ ਫਿਲਮ ਵੀ ਘੱਟ ਹੋਈ ਹੋਊਗੀ ਫਿਰ ਵੀ ਕੁਆਲਿਟੀ ਨਹੀਂ ਬਣੂਗੀ। ਇਹਦਾ ਤੁਸੀਂ ਰੰਗ ਦੇਖੋਗੇ, ਜਿੰਨੇ ਵੀ ਸੱਜਣ ਯਾਰ 4 ਪਾਉਂਦੇ ਆ, 4 ਦਾ ਕੰਮ ਕਰਦੇ ਆ, ਇੱਕ ਗੱਲ ਜ਼ਰੂਰ ਧਿਆਨ ਦਿਓ ਮੇਰੇ ਭਰਾ ਸੱਜਣ ਬਣ ਕੇ, ਵੀ ਤੁਸੀਂ ਯਾਰ ਜਾਣਕਾਰੀ ਤੋਂ ਬਿਨਾਂ ਕੰਮ ਨਾ ਕਰੋ। ਜਿਹੜਾ ਪੜਦਾ ਵਾ ਜੀ, ਕਈ ਵਾਰੀ ਫਾਰਮਰ ਕਹਿ ਦਿੰਦਾ ਵੀ ਇਹ ਛੱਲੀ ਦਾ ਪੜਦਾ ਆ ਗਿਆ, ਇਹ ਜਦੋਂ ਸਹੀ ਸਟੇਜ 'ਤੇ ਵੱਢਾਂਗੇ ਜਿਹੜਾ ਇਹਦਾ ਪੜਦਾ ਹੋਊਗਾ, ਇਹ ਕੋਈ ਵੀ ਮਸ਼ੀਨ ਨਹੀਂ ਵੱਢਦੀ, ਇਹ ਪੱਤਾ ਆਊਗਾ, ਇਹ ਜਦੋਂ ਜਗਾਲੀ ਦੇ ਵਿੱਚ ਆਊਗਾ ਤਾਂ ਡੰਗਰ ਦਾ ਦੁੱਧ ਵਧੂਗਾ, ਇਹ ਫਾਈਬਰ ਆ ਪੂਰਾ। ਅੱਛਾ, ਅਤੇ ਆਹ ਹੋਇਆ ਪਿਆ ਦਾਣਾ, ਦਾਣਾ ਸਾਰਾ ਕਰਾਚ ਆ, ਦੇਖੋ ਦਾਣਾ ਸਾਰਾ, ਸਾਬਤਾ ਨਹੀਂ ਮਿਲੂਗਾ, ਸਾਬਤਾ ਨਹੀਂ ਮਿਲੂਗਾ ਸਾਨੂੰ, ਐਂ ਦਾਣਾ ਸਾਰਾ ਟੁੱਟਿਆ ਹੋਇਆ ਮਿਲੂਗਾ। ਆਹ ਸਿਲੇ ਆਇਆ ਥਾਲੀ, ਐਂ ਤਾਂ ਯਾਰ ਬੰਦਾ ਆਪਣਾ ਬਹੁਤ ਕੰਮ ਦਾ, ਐਂ ਤਾਂ ਪੱਖਾ ਵੀ ਛੱਡ ਦਿੰਦਾ ਚੱਲਦੀ ਚੱਲਦੀ ਵੀਡੀਓ 'ਚ ਇਹ, ਹੈਂ ਬਸ ਨਹੀਂ ਧਿਆਨ ਰੱਖਦਾ ਮਤਲਬ ਆਪਣਾ ਯਾਰ, ਮੁੜਕਾ ਦੇਖ ਕੇ ਨੇ ਉਦੋਂ ਹੀ ਪੱਖਾ ਛੱਡਦਾ। ਮਤਲਬ ਜਿਹੜਾ ਟਾਂਡਾ ਵਾ, ਟਾਂਡੇ ਦਾ ਡੱਕਾ ਨਹੀਂ ਆਉਣਾ ਚਾਹੀਦਾ ਵਿੱਚ, ਉਹਦੀ ਵੇਸਟ ਆਊਗੀ। ਠੀਕ ਹੈ ਜੀ, ਮਤਲਬ ਆਹ ਲੈਵਲ ਦਾ ਗੁੱਲ ਹੋਣਾ ਚਾਹੀਦਾ, ਗੁੱਲ ਪੂਰਾ ਮਤਲਬ ਕਰੱਸ਼ ਹੋਣਾ ਚਾਹੀਦਾ। ਦੇਖੋ ਦਾਣਾ ਸਾਰਾ ਐਨ ਤੁਹਾਨੂੰ ਪੂਰਾ ਮਿਲਦਾ ਵਾ, ਕਰੱਸ਼ ਹੋਇਆ ਹੋਇਆ ਪੂਰਾ, ਬਰੀਕ ਆ ਦਾਣਾ, ਆਹ ਦਾਣੇ ਦਾ ਪੜਦਾ ਮਿਲ, ਉੱਪਰਲਾ ਛਿੜਕਾ ਮਿਲ ਰਿਹਾ ਜੀ, ਅੰਦਰਲਾ ਗੁੱਦਾ ਬਿਲਕੁਲ ਗਲ ਕੇ ਤਿਆਰ ਹੋ ਗਿਆ। ਬਾਕੀ ਇਹਦਾ ਰੰਗ ਦੇਖੋ, ਬਰਾਊਨ ਕਲਰ ਹੋਊਗਾ,
जिन्ना ब्राउन कलर का उन्ना वधिया होगा, यह काले रंग च नहीं जाना चाहिए। जो काले रंग च जाता फिर मतलब ये पानी की मात्रा ज़्यादा आ। डॉक्टर साहब होना की मेहनत आ जी जो थाली दे पिया होया साइलेज है ना, इन्हां दे 24 साल तो बाद आया। बिल्कुल आह चीज़ है जी, इन्हां दा 24 साल का तजर्बा ये पिया सज्जनों। भी आप कह सकते हैं भी इन्हां नूं एक एक चीज़ की नॉलेज है, किन्ना कंप्रैस होना चाहिए, किन्नी फिल्म चढ़नी चाहिए है, किहड़ी फिल्म चढ़नी चाहिए है, किहड़ी स्टेज पर वढ़ना, किहड़ी मक्की बीजनी आ, किन्नी उच्ची वढ़नी आ, मतलब हरेक चीज़ की जानकारी है जी डॉक्टर साहब होना को। आप 400-500 पशु भी रखे, सांभिया है, काम किया, डंगर डॉक्टर भी आ, मतलब पशु के मेदे बारे भी जानकारी रखते, न्यूट्रिशन की जानकारी रखते हैं सज्जनों। जे कोई भी सज्जन अचार खरीदना चाहता, साइलेज खरीदना चाहता मक्की का, तो डॉक्टर हरविंदर सिंह होना का नंबर कर लो नोट, फोन कर लेना तुसी डायल, तो वीडियो शेयर करना कोई हर्ज नहीं। ट्राली भर के ले जानी आ, तो चाहे ट्राली भरी भी घर मंगाउनी आ, जे घर मंगाउनी आ तो भाई किराया लगेगा, तो जे भर के ले जानी है फिर किराया कोई नहीं। एक कंडा इन्हों का इत्थे लग्या वा बड़ा, जिहड़ा ट्रक तोलन वाला कंडा हुंदा, आ के थोड़ी खाली ट्राली तोल देनी आ, उदों बाद भरी भी तोल देनी आ, थोड़ी तसली करा के भेजनी आ भी जे 100 क्वांटल दिता तो भाई 100 क्वांटल ही आ, 90 नहीं गा, 110 नहीं गा, वह जहा हिसाब किताब, मतलब पूरी इको रेसी पूरी है डॉक्टर साहब होना दी है जी। फोन नंबर तुसी नोट कर लो, डॉक्टर साहब होना किसी भी वेले फोन कर सकते हैं। एक गल होर है, डंगर डॉक्टर है, डंगर डॉक्टरी करते आपके इलाके बहुत वधिया ना इन्हों का, जे उस संबंध के भी इलाके के लोगों को कोई सर्विस चाहिए हुई तो वह भी लै सकते हैं। ज्यों दे बस दरो, बहुत बहुत धन्यवाद।